पंजाब के पटियाला शहर की रहण वाली एक महिला ने पुलिस मुलाजम उपर घर वड़ के मारकुट करन दे रोप लगाए हैं। इस बारे में जानकारी देंदे हुए सिमरजीत कौर ने दसिया कि उसका उसके पति के नाल घरेलू झगड़ा चल रहा है, जिसके चलते बीती देर शाम उन्होंने घर पंजाब पुलिस का मुलाजम ASI अमरीक सिंह नशे की हालत में आया तो उस नाल धक्का मुक्की कर लगा, जिसका जदों मोहल्ले वासियों ने विरोध किया तो वह मोहल्ला वासियों नाल भी गाली गलोच कर लगा। ਪਹਿਲਾਂ ਤਾਂ ਕੀ ਨਾਮ ਆ ਜੀ ਆਪਣਾ? ਮੇਰਾ ਨਾਮ ਸਿਮਰਜੀਤ ਕੌਰ ਆ ਜੀ। ਕਿੱਥੇ ਦੇ ਰਹਿਣ ਵਾਲੇ ਹੋ ਜੀ? ਮੈਂ ਜੀ ਤੇ ਕਲੋਨੀ ਦੇ ਵਿੱਚ ਰਹਿ ਰਹੀ ਹਾਂ ਜੀ। ਇਹ ਕੀ ਗੱਲ ਹੋਈ ਹੈ ਤੁਹਾਡੇ ਵੱਲੋਂ? ਕਿਹਾ ਗਿਆ ਕਿ ਪੁਲਿਸ ਨੇ ਥੱਪੜ ਮਾਰਿਆ ਤੁਹਾਡੇ, ਕੀ ਗੱਲ ਸੀਗੀ ਸਾਰੀ? ਹਾਂਜੀ, ਕੱਲ ਮੇਰੇ ਤੇ ਮੇਰੇ ਹਸਬੈਂਡ ਦੇ ਵਿੱਚ ਥੋੜਾ ਝਗੜਾ ਹੋਇਆ ਸੀਗਾ ਜੀ, ਤੇ ਇਸ ਤੋਂ ਬਾਅਦ ਦੇ ਵਿੱਚ ਮੇਰੇ ਹਸਬੈਂਡ ਨੇ ਪਹਿਲਾਂ ਤੇ ਮੈਨੂੰ ਰਲਗਾ ਕੇ ਲੈ ਗਏ ਸੀਗੇ ਵੀ ਤੈਨੂੰ ਮੈਂ ਬਾਜ਼ਾਰ ਲੈ ਕੇ ਚੱਲਿਆ, ਫਿਰ ਉਹ ਮੈਨੂੰ ਉਲਟ ਸਾਈਡ ਲੈ ਕੇ ਜਾ ਰਹੇ ਸੀਗੇ, ਉੱਥੋਂ ਮੈਂ ਆਪਣੀ ਜਾਨ ਬਚਾ ਕੇ ਤੇ ਮੈਂ ਘਰ ਆ ਗਈਆਂ ਤੇ ਮੈਂ ਅੰਦਰੋਂ ਲੌਕ ਲਗਾ ਕੇ ਬੈਠ ਗਈ ਸੀਗੀ ਤੇ ਬੇਟਾ ਮੇਰੇ ਨਾਲ ਸੀਗਾ, ਤੇ ਇਦੋਂ ਬਾਅਦ ਦੇ ਵਿੱਚ ਥੋੜੇ ਟਾਈਮ ਬਾਅਦ ਹਸਬੈਂਡ ਆਏ ਮੇਰੇ, ਉਹ ਗੇਟ ਨੂੰ ਲੌਕ ਲੱਗਿਆ ਸੀ ਉਹਨਾਂ ਨੇ ਗੇਟ ਟੱਪਿਆ, ਨਾਲ ਸਾਡੇ ਗੁਆਂਢੀ ਵੀ ਸੀਗੇ, ਤੇ ਫਿਰ ਕੀ ਹੋਇਆ ਮੇਰਾ ਹਸਬੈਂਡ ਮੇਰੇ ਬੱਚੇ ਨੂੰ ਰੋਟੀ ਖਾਂਦੇ ਨੂੰ ਜੀ ਘੜੀਸ ਕੇ ਲੈ ਕੇ ਗਿਆ, ਜਦੋਂ ਮੈਂ ਉਹਨੂੰ ਰੋਕਿਆ ਤੇ ਉਹਨੇ ਮੇਰੇ ਘਰੂਟੇ ਮਾਰੇ ਤੇ ਮੇਰੇ ਥੱਪੜ ਮਾਰੇ ਮੇਰੇ ਹਸਬੈਂਡ ਨੇ, ਤੇ ਫਿਰ ਮੇਰੇ ਬੱਚੇ ਨੂੰ ਜ਼ਬਰਦਸਤੀ ਉਹਨਾਂ ਨੇ ਬਾਹਰ ਗੇਟ ਤੋਂ ਸੁੱਟਿਆ ਜੀ ਵੀ ਤੂੰ ਜਾ ਉੱਥੇ ਖੜਾ ਹੋ ਜਾ, ਤੇ ਫਿਰ ਉਹਨਾਂ ਨੇ ਜਦੋਂ ਮੇਰੇ ਹਸਬੈਂਡ ਨੇ ਗੇਟ ਖੋਲ੍ਹਿਆ ਤੇ ਉਹ ਜਿਹੜਾ ਅਮਰੀਕ ਸਿੰਘ ਸੀਗਾ ਪੁਲਿਸ ਵਾਲਾ ਜੀ ਉਹ ਆਇਆ, ਉਹਨੇ ਪਹਿਲਾਂ ਮੈਨੂੰ ਗਾਲੀ ਗਲੋਚ ਕੀਤੀ ਆ ਬਹੁਤ ਜ਼ਿਆਦਾ, ਜਦੋਂ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਮੈਨੂੰ ਗਾਲਾਂ ਕਿਸ ਬਿਹਾਵ 'ਤੇ ਕੱਢ ਰਹੇ ਹੋ, ਤੇ ਫਿਰ ਉਹਨਾਂ ਨੇ ਮੇਰੇ ਮੂੰਹ ਦੇ ਉੱਤੇ ਥੱਪੜ ਮਾਰੇ ਨੇ ਜੀ, ਇੱਥੇ ਮੇਰੇ ਨਿਸ਼ਾਨ ਪਏ ਹੋਏ ਨੇ ਜੀ ਦੇਖ ਸਕਦੇ ਹੋ, ਤੇ ਮੇਰੇ ਬਾਂਹ ਦੇ ਉੱਤੇ ਵੀ ਨਿਸ਼ਾਨ ਪਏ ਹੋਏ ਨੇ, ਤੇ ਫਿਰ ਮੇਰੇ ਬੱਚੇ ਨੂੰ ਜਦੋਂ ਗਵਾਂਢੀਆਂ ਨੇ ਵੀ ਦੇਖਿਆ ਵੀ ਜੀ ਇਹ ਕੀ ਹੋ ਰਿਹਾ, ਤੇ ਵੀ ਉਹਨਾਂ ਨੇ ਕਿਹਾ ਵੀ ਇੱਕ ਪੁਲਿਸ ਮੁਲਾਜ਼ਮ ਜਦੋਂ ਕਿ ਨਾਲ ਲੇਡੀ ਨਹੀਂ ਹੈਗੀ ਤਾਂ ਵੀ ਲੇਡੀ ਦੇ ਉੱਤੇ ਹੱਥ ਕੀ ਕਿਉਂ ਚੁੱਕ ਸਕਦੇ ਨੇ, ਨਾ ਕੋਈ ਉਹਨਾਂ ਕੋਲ ਮੇਰੇ ਖਿਲਾਫ ਕੋਈ ਅਰੈਸਟ ਵਾਰੰਟ ਸੀਗੇ ਵੀ ਹਾਂਜੀ ਉਸ ਬਿਹਾਵ ਦੇ ਉੱਤੇ ਉਹ ਮੇਰੇ ਨਾਲ ਗੱਲਬਾਤ ਕਰ ਰਹੇ ਸੀਗੇ, ਤੇ ਰਾਤ ਦੇ 10:15 ਰਹੇ ਨੇ, ਤੇ ਵੀ ਉਹ ਕਿਸ ਬਿਹਾਵ ਦੇ ਉੱਤੇ ਮੇਰੇ ਨਾਲ ਆ ਕੇ ਮਾਰ ਕੁਟਾਈ ਕਰ ਰਹੇ ਨੇ, ਤੇ ਉਹਨਾਂ ਨੇ ਡਰਿੰਕ ਬਹੁਤ ਜ਼ਿਆਦਾ ਕੀਤੀ ਹੋਈ ਸੀਗੀ। ਨਹੀਂ ਕੋਈ ਨੀ ਸੀਗਾ ਜੀ, ਉਹ ਕੱਲਾ ਹੀ ਬੰਦਾ ਆਇਆ ਸੀਗਾ, ਪੁਲਿਸ ਮੁਲਾਜ਼ਮ ਸੀਗਾ ਅਮਰੀਕ ਸਿੰਘ ਸੀਗਾ ਜੀ ਉਹਨਾਂ ਦਾ ਨਾਮ, ਤੇ ਇਦੋਂ ਬਾਅਦ ਦੇ ਵਿੱਚ ਉਹ ਆਪਣੀ ਪਰਸਨਲ ਗੱਡੀ ਦੇ ਵਿੱਚ ਆਏ ਸੀਗੇ, ਸਿਲਵਰ ਕਲਰ ਦੀ ਉਹਨਾਂ ਦੀ ਗੱਡੀ ਸੀਗੀ, ਤੇ ਫਿਰ ਉਹ ਮੇਰੇ ਬੱਚੇ ਨੂੰ ਘੜੀਸ ਕੇ ਗੱਡੀ ਦੇ ਵਿੱਚ ਬਿਠਾ ਕੇ ਲੈ ਗਏ ਨੇ, ਤੇ ਨਾਲ ਮੇਰੇ ਹਸਬੈਂਡ ਸੀਗੇ, ਹਜੇ ਤੱਕ ਮੈਨੂੰ ਮੇਰੇ ਬੱਚੇ ਦਾ ਕੁਛ ਨਹੀਂ ਪਤਾ ਹੈਗਾ, ਮੇਰਾ ਬੱਚਾ ਕਿੱਥੇ ਆ ਕਿੱਥੇ ਨਹੀਂ ਹੈਗਾ ਕਿਸ ਹਾਲ ਦੇ ਵਿੱਚ ਆ, ਪਲੀਜ਼ ਮੇਰੀ ਇਹੀ ਰਿਕੁਐਸਟ ਹੈ ਵੀ ਮੇਰੇ ਬੱਚੇ ਨੂੰ ਮੈਨੂੰ ਮਿਲਾ ਦੇਣ। ਕਿੰਨੇ ਸਾਲ ਦਾ ਬੱਚਾ ਤੁਹਾਡਾ? 11 ਸਾਲ ਦਾ ਬੱਚਾ ਜੀ ਮੇਰਾ। ਜਿਹੜੀ ਗੱਡੀ ਆਇਆ ਸੀਗਾ ਉਹ ਗੱਡੀ ਨੂੰ ਕੌਣ ਚਲਾ ਰਿਹਾ ਸੀਗਾ, ਜਿਹੜੀ ਪ੍ਰਾਈਵੇਟ ਗੱਡੀ 'ਚ ਆਇਆ ਸੀਗਾ ਮੁਲਾਜ਼ਮ? ਜੀ ਉਹ ਸਾਡੇ ਇੱਥੇ ਗੁਆਂਢੀ ਨੇ ਜੀ, ਉਹ ਦੋਏ ਭਾਈ ਚਲਾ ਰਹੇ ਸੀਗੇ। ਤੁਹਾਡੀ ਪਹਿਲਾਂ ਵੀ ਕੰਪਲੇਨ ਹੈ, ਪੁਲਿਸ ਕਿਉਂ ਆਈ ਤੇ? ਸਰ ਪਹਿਲਾਂ ਸਾਡੀ ਮਾਰਚ ਦੇ ਵਿੱਚ ਹੀ ਮੇਰੇ ਘਰ ਵਾਲੇ ਨਾਲ ਮੇਰੀ ਲੜਾਈ ਚੱਲਦੀ ਪਈ ਸੀਗੀ, ਤੇ ਇਸ ਤੋਂ ਬਾਅਦ ਦੇ ਵਿੱਚ ਚਲੋ ਉਹ ਸੌਰਟ ਆਊਟ ਹੁੰਦਾ ਗਿਆ ਵੀ ਪਰਚਾ ਵੀ ਦਰਜ ਹੋਇਆ ਹੋਇਆ ਜੀ ਵੀ ਚਲੋ ਸਮਝ ਜਾਣਗੇ, ਹੁਣ ਰਾਤ ਇਹਨਾਂ ਨੇ ਮੈਨੂੰ ਮਾਰਨ ਦੇ ਪਲੈਨਿੰਗ ਦੇ ਨਾਲ ਹੀ ਇਹਨਾਂ ਨੇ ਕੀਤਾ, ਮੇਰੇ ਕੋਲ ਵੀਡੀਓ ਵੀ ਬਣਾਈਆਂ ਹੋਈਆਂ ਹੈਗੀਆਂ ਨੇ ਵੀ ਕਿਸ ਤਰ੍ਹਾਂ ਉਹਨਾਂ ਨੇ ਮੇਰੇ ਨਾਲ ਗੁੰਡਾਗਰਦੀ ਕੀਤੀ ਆ। ਸਿਮਰਜੀਤ ਕੌਰ ਦੇ ਘਰ ਦੇ ਨੇੜੇ ਹੀ ਰਹਿਣ ਵਾਲੀ ਮਨੀਸ਼ਾ ਨਾਮ ਦੀ ਮਹਿਲਾ ਨੇ ਦੱਸਿਆ ਕਿ ਜਦੋਂ ਦੇਰ ਰਾਤ ਨੂੰ ਪੁਲਿਸ ਮੁਲਾਜ਼ਮ ਨੇ ਆ ਕੇ ਗਾਲੀ ਗਲੋਚ ਕੀਤਾ ਤੇ ਮੁਹੱਲੇ ਦੇ ਵਸਨੀਕ ਹੋਣ ਦੇ ਨਾਤੇ ਉਹਨਾਂ ਨੇ ਵੀ ਪੁਲਿਸ ਮੁਲਾਜ਼ਮ ਨੂੰ ਰੋਕਿਆ, ਪਰ ਨਸ਼ੇ ਵਿੱਚ ਧੁੱਤ ਉਕਤ ਮੁਲਾਜ਼ਮ ਨੇ ਇੱਕ ਨਾ ਸੁਣੀ ਤੇ ਉਹ ਉਹਨਾਂ ਦੇ ਨਾਲ ਵੀ ਧੱਕਾ ਮੁੱਕੀ ਕਰਨ ਲੱਗਾ। ਕੀ ਨਾਮ ਹੈ ਜੀ ਆਪਣਾ? ਮੇਰਾ ਨਾਮ ਅਲੀਸ਼ਾ ਵਾਲੀਆ ਹੈ। ਇਹ ਕੀ ਗੱਲ ਹੋਈ ਹੈ ਜਿਹੜੀ ਕਹਿ ਰਹੇ ਨੇ ਕਿ ਰਾਤੀ ਪੁਲਿਸ ਵੱਲੋਂ ਕੁੱਟਮਾਰ ਕੀਤੀ ਗਈ ਹੈ, ਕੀ ਗੱਲ ਸੀਗੀ? ਤੁਸੀਂ ਵੀ ਦੇਖਿਆ ਮੌਕੇ ਦੇ ਗਵਾਹ ਹੋ ਤੁਸੀਂ? ਹਾਂਜੀ, ਐਕਚੁਅਲੀ ਰਾਤ ਨੂੰ 10 ਵਜੇ ਦਾ ਟਾਈਮ ਸੀਗਾ, ਜਦ ਮੈਂ ਬਾਹਰ ਥੋੜ੍ਹਾ ਰੌਲਾ ਜਿਹਾ ਸੁਣਿਆ, ਮੈਂ ਬਾਹਰ ਆਈ ਜਦ ਤਾਂ ਇਹਨਾਂ ਦਾ ਕੁਛ ਰੌਲਾ ਜਿਹਾ ਹੀ ਪੈ ਰਿਹਾ ਸੀਗਾ, ਬਟ ਉਹ ਇੰਨਾ ਜ਼ਿਆਦਾ ਸਾਨੂੰ ਇੰਪੋਰਟੈਂਟ ਨਹੀਂ ਲੱਗਿਆ, ਅਤੇ ਅਸੀਂ ਪੁਲਿਸ ਵਾਲੇ ਨੂੰ ਅਪਰੋਚ ਵੀ ਕੀਤਾ ਕਿ ਕੋਈ ਪ੍ਰੋਬਲਮ ਹੈ ਤਾਂ ਅਸੀਂ ਨੇਬਰਸ ਹਾਂ, ਅਸੀਂ ਹੈਲਪ ਕਰ ਦਿੰਦੇ ਹਾਂ, ਬਟ ਪੁਲਿਸ ਵਾਲੇ ਨੇ ਸਾਨੂੰ ਕਿਹਾ ਤੁਸੀਂ ਵਾਪਸ ਚੱਲ ਜਾਓ। ਇੰਨੇ ਨੂੰ ਇਹਨਾਂ ਦਾ ਗੇਟ ਖੁੱਲ੍ਹਿਆ ਤਾਂ ਉਹਨੇ ਅੰਦਰ ਆ ਕੇ ਪਹਿਲਾਂ ਜਿਹੜੇ ਇਹਨਾਂ ਦੇ ਜਿਨ੍ਹਾਂ ਨਾਲ ਵਾਰਦਾਤ ਹੋਈ ਹੈ ਉਹਨਾਂ ਨੂੰ ਗਾਲੀ ਗਲੋਚ ਕੀਤੀ ਪੁਲਿਸ ਵਾਲੇ ਨੇ, ਪਹਿਲਾਂ ਪੁਲਿਸ ਵਾਲੇ ਨੇ ਅਬਿਊਸਿਵ ਲੈਂਗੁਏਜ ਯੂਜ਼ ਕੀਤੀ, ਉਸ ਤੋਂ ਬਾਅਦ ਜਦ ਇਹਨਾਂ ਨੇ ਅਪੋਜ਼ ਕੀਤਾ ਵੀ ਮੈਨੂੰ ਗਾਲਾਂ ਕਿਉਂ ਕੱਢ ਰਹੇ ਹੋ ਤਾਂ ਉਸਨੇ ਹੱਥ ਚੱਕਿਆ, ਬਹੁਤ ਹੀ ਜ਼ੋਰ ਦੀ ਉਹਨਾਂ 'ਤੇ ਥੱਪੜ ਮਾਰਿਆ, ਮਤਲਬ ਜੋ ਕਿ ਨਹੀਂ ਕੋਈ ਤੁੱਕ ਨਹੀਂ ਬਣਦਾ ਸੀਗਾ, ਉਹ ਕੋਈ ਕ੍ਰਿਮੀਨਲ ਨਹੀਂ ਸੀਗੇ ਜਿਹੜਾ ਉਹਨਾਂ 'ਤੇ ਹੱਥ ਚੱਕ ਰਹੇ ਸੀ। ਜਦ ਗੱਲ ਵਧੀ ਅਸੀਂ ਓਬਵੀਅਸਲੀ ਅਸੀਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਕਿ ਹੱਥ ਚੱਕਣ ਦਾ ਕੋਈ ਤੁੱਕ ਨਹੀਂ ਬਣ ਰਿਹਾ ਹੈਗਾ, ਤਾਂ ਉਹਨਾਂ ਨੇ ਸਾਨੂੰ ਵੀ ਰੋਕਿਆ, ਇਨਫੈਕਟ ਸਾਡੇ ਨਾਲ ਵੀ ਧੱਕਾ ਮੁੱਕੀ ਕਰਤੀ ਕਿ ਨਹੀਂ ਤੁਸੀਂ ਪਰਾਂ ਹੋ ਜਾਓ, ਇਹ ਲੇਡੀ ਗਲਤ ਹੈ ਜਾਂ ਜੋ ਵੀ ਹੈ, ਇੱਦਾਂ ਕਰਕੇ ਬੋਲਣ ਲੱਗ ਗਏ ਇਸਨੂੰ। ਐਂਡ ਇਹ 5-10 ਮਿੰਟ ਤੱਕ ਤਾਂ ਇਹ ਸਭ ਕੁਝ ਚੱਲਦਾ ਰਿਹਾ, ਉਸ ਤੋਂ ਬਾਅਦ ਗਲੀ ਦੇ ਮੋੜ 'ਤੇ ਜਾ ਕੇ ਫਿਰ ਦੂਜੀ ਵਾਰੀ ਪੁਲਿਸ ਵਾਲੇ ਨੇ ਦੁਬਾਰਾ ਉਹਨਾਂ 'ਤੇ ਹੱਥ ਚੱਕਿਆ, ਜੋ ਕਿ ਬਹੁਤ ਗਲਤ ਗੱਲ ਸੀਗੀ। ਗੱਲ ਕੀਤੀ ਜਾਵੇ ਲੇਡੀਜ਼ ਪੁਲਿਸ ਸੀਗਾ ਜੈਂਟਸ ਸੀਗਾ? ਜੈਂਟਸ ਪੁਲਿਸ ਸੀਗਾ, ਉਹਦਾ ਨਾਮ ਸੀ ਅਮਰੀਕ ਸਿੰਘ। ਅਸੀਂ ਜਦ ਉਹਨੇ ਪਹਿਲੀ ਵਾਰੀ ਹੱਥ ਚੁੱਕਿਆ ਉਹਦਾ ਨੇਮ ਪਲੇਟ ਪੜ੍ਹਨੀ ਚਾਹੀ, ਪਰ ਉਹ ਆਪਣੀ ਨੇਮ ਪਲੇਟ ਲੁਕੋ ਰਿਹਾ ਸੀ, ਬਟ ਅਸੀਂ ਪੜ੍ਹ ਲਈ ਅਮਰੀਕ ਸਿੰਘ ਸੀਗਾ। ਉਹਦੇ ਨਾਲ ਕੋਈ ਹੋਰ ਪੁਲਿਸ ਵਾਲਾ ਨਹੀਂ ਸੀ, ਕੋਈ ਉਹਦੇ ਕੋਲ ਕਾਗਜ਼ੀ ਕਾਰਵਾਈ ਕਰਨ ਲਈ ਕੋਈ ਕਾਗਜ਼, ਕੋਈ ਅਰੈਸਟ ਵਾਰੰਟ ਨਹੀਂ ਸੀਗਾ, ਕੁਛ ਨਹੀਂ ਸੀਗਾ, ਕੋਈ ਕਾਂਸਟੇਬਲ ਨਾਲ ਨਹੀਂ ਸੀਗਾ, ਕੋਈ ਲੇਡੀ ਪੁਲਿਸ ਨਹੀਂ ਸੀਗੀ, ਇਕੱਲਾ
ਆਇਆ ਸੀ ਜੀ? ਕੱਲਾ ਆਇਆ ਸੀਗਾ। ਸਰਕਾਰੀ ਗੱਡੀ ਜਾਂ ਪ੍ਰਾਈਵੇਟ ਗੱਡੀ ਸੀ? ਸਰਕਾਰੀ ਗੱਡੀ ਕੋਈ ਨਹੀਂ ਸੀਗੀ, ਮੇਰੇ ਖਿਆਲ ਨਾਲ ਪ੍ਰਾਈਵੇਟ ਗੱਡੀ ਸੀਗੀ ਬਾਹਰ, ਕਿਉਂਕਿ ਗਲੀ ਦੇ ਮੋੜ ਤੇ ਇੱਕ ਪ੍ਰਾਈਵੇਟ ਗੱਡੀ। ਉਧਰ ਇਸ ਸਾਰੇ ਮਾਮਲੇ ਦੇ ਬਾਰੇ ਜਦੋਂ ਥਾਣਾ ਸਿਵਲ ਲਾਈਨ ਦੇ ਇੰਚਾਰਜ ਸੁਖਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਮਹਿਲਾ ਦੇ ਪਤੀ ਵੱਲੋਂ ਬੱਚਿਆਂ ਨਾਲ ਮਾਰਕੁੱਟ ਕਰਨ ਦੀ ਸ਼ਿਕਾਇਤ ਦਿੱਤੀ ਗਈ ਸੀ। ASI ਜਾਂਚ ਕਰਨ ਲਈ ਗਏ ਸਨ, ਉਸ ਤੋਂ ਬਾਅਦ ਜੋ ਮਹਿਲਾ ਵੱਲੋਂ ਆਰੋਪ ਲਗਾਏ ਗਏ ਹਨ ਉਹਨਾਂ ਦੇ ਬਾਰੇ ਉਹ ਜਾਂਚ ਕਰਕੇ ਹੀ ਅਗਲੀ ਕਾਰਵਾਈ ਕਰਨਗੇ। ਪਟਿਆਲਾ ਤੋਂ ਹਲਚਲ ਟੁਡੇ ਲਈ ਕਵਲਜੀਤ ਕੰਪੋਜ਼ ਦੀ ਰਿਪੋਰਟ। ਇੱਕ ਤੇਜ਼ਬਾਗ ਕਲੋਨੀ ਦਾ ਮੈਟਰ ਆਇਆ, ਇੱਕ ASI ਤੇ ਬਲੇਮ ਲੱਗੇ ਨੇ ਵੀ ਮੇਰੇ ਥੱਪੜ ਮਾਰੇ। ਗੱਲ ਇੱਦਾਂ ਜੀ, ਕੱਲ੍ਹ ਰਾਤੀ ਕੰਪਲੇਂਟ ਆਈ ਅਫਸਰ ਕਲੋਨੀ ਚੌਂਕੀ ਦੇ ਵਿੱਚ, ਹਸਬੈਂਡ ਵੱਲੋਂ ਆਈ ਸੀਗੀ ਵੀ ਉਸਦੀ ਵਾਈਫ ਵੱਲੋਂ ਉਸਦੇ ਬੱਚੇ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ। ਉਸੇ ਤਹਿਤ ਮੌਕੇ 'ਤੇ ਹੀ ਸਾਡੇ ASI ਸਾਹਿਬ ਉੱਥੇ ਮੌਕਾ ਵਿਜ਼ਿਟ ਕੀਤਾ ਅਤੇ ਜੋ ਵੀ ਬਾਕੀ ਰਹੀ ਗੱਲ, ਜਿਹੜੇ ਆ ਬਲੇਮ ਲਾਏ ਜਾ ਰਹੇ ਹਨ ਉਸ ਦੀ ਇਨਵੈਸਟੀਗੇਸ਼ਨ ਕੀਤੀ ਜਾਊਗੀ ਜੀ। ਉਹਨਾਂ ਦਾ ਵਰਜ਼ਨ ਇਹ ਆ ਵੀ ASI ਵੱਲੋਂ ਆ ਕੇ ਉਹਨਾਂ ਨਾਲ ਹੱਥੋਪਾਈ ਕੀਤੀ ਗਈ, ਪਰ ਜੋ ਮੈਨੂੰ ਵਰਜ਼ਨ ਸੁਣਨ 'ਚ ਆਇਆ ਉਹਨਾਂ ਨੇ ਮੌਕੇ 'ਤੇ ਜਾ ਕੇ ਛੁੜਾਇਆ ਬੱਚੇ ਨੂੰ ਕੁੱਟਦੇ ਨੂੰ। ਅਤੇ ਰਹੀ ਗੱਲ ਬਾਕੀ ਜੋ ਹੈ ਤੁਸੀਂ ਕਹਿ ਰਹੇ ਹੋ ਬਲੇਮ ਦੀ ਗੱਲ ਆ, ਉਹਦਾ ਇਨਵੈਸਟੀਗੇਸ਼ਨ ਕੀਤਾ ਜਾਊਗਾ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਤੱਕ ਕਰ। ਇੱਕ ਉਹਨਾਂ ਨੇ ਇਹ ਵੀ ਬਲੇਮ ਲਾਇਆ ਵੀ ਜਿਹੜਾ ਡਿਊਟੀ ਅਫਸਰ ਇਕੱਲਾ ਆਇਆ ਵੀ ਨਾਲ ਕੋਈ ਲੇਡੀ ਕੌਂਸਟੇਬਲ ਹੀ ਪ੍ਰਾਈਵੇਟ ਗੱਡੀ 'ਚ ਹੈ। ਦੇਖੋ ਜੀ, ਗੱਲ ਇਹ ਆ ਵੀ ਇੱਕ ਤਾਂ ਹੁਣ ਜਿਵੇਂ ਪਤਾ ਹੀ ਅੱਜ ਜਿਵੇਂ 15 ਅਗਸਤ ਆ, ਉਸੇ ਤਹਿਤ ਪੂਰੀਆਂ ਸਾਡੀਆਂ ਡਿਊਟੀਆਂ ਲਗਾਤਾਰ ਚੱਲ ਰਹੀਆਂ ਹਨ, ਵਿੱਚ ਸਾਡੇ ਮੁਲਾਜ਼ਮ ਵੀ ਪੋਜ਼ਿਟਿਵ ਆਉਣ ਕਰਕੇ ਮਤਲਬ ਪੂਰਾ ਅਸੀਂ ਇੰਨਾ ਫਿਰ ਵੀ ਪ੍ਰੋਂਪਟ ਐਕਸ਼ਨ ਕਰ ਰਹੇ ਹਾਂ। ਜਦੋਂ ਵੀ ਕੋਈ ਕੰਪਲੇਂਟ ਆਉਂਦੀ ਆ ਸਾਨੂੰ ਇੱਦਾਂ ਹੁੰਦਾ ਵੀ ਉਸ 'ਚ ਕੋਈ ਵੀ ਕੁਤਾਹੀ ਨਾ ਹੋਵੇ, ਮੌਕੇ 'ਤੇ ਪਹੁੰਚਿਆ ਜਾਵੇ। ਅਤੇ ਉਹਦੇ ਵਿੱਚ ਆਇਆ ਵੀ ਹਸਬੈਂਡ ਵੱਲੋਂ ਕੰਪਲੇਂਟ ਸੀਗੀ ਵੀ ਬੱਚੇ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਜੀ। ਉਸੇ ਤਹਿਤ ਸਾਡੇ ASI ਸਾਹਿਬ ਮੌਕੇ 'ਤੇ ਪਹੁੰਚੇ, ਜੋ ਅਗਲੀ ਕਾਰਵਾਈ ਸੀ ਉਸੇ ਤਹਿਤ ਲੇਡੀ ਅਫਸਰ ਨੂੰ ਬੁਲਾਉਣਾ ਹੀ ਸੀਗਾ। ਉਹਦੇ ਵੱਲੋਂ ਇੱਕ ਇਹ ਵੀ ਕਲੇਮ ਹੈ ਕਿ ਉਹਦੇ ਬੱਚੇ ਨੂੰ ਪੁਲਿਸ ਮੁਲਾਜ਼ਮ ਵੱਲੋਂ ਕਿਡਨੈਪ ਕੀਤਾ ਗਿਆ। ਨਹੀਂ, ਇੱਦਾਂ ਦਾ ਤਾਂ ਕੁਛ ਵੀ ਸਾਹਮਣੇ ਨਹੀਂ ਆਇਆ ਜੀ ਹਾਲੇ ਤੱਕ। ਬਾਕੀ ਫਿਰ ਉਹੀ ਗੱਲ ਆ ਵੀ ਦੋਵਾਂ ਸੁਣ ਕੇ ਫਿਰ ਅਗਲੇ ਫੈਸਲਾ ਲਿੱਤਾ ਜਾਏਗਾ ਇਨਵੈਸਟੀਗੇਸ਼ਨ।